ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਲਾਲ ਬਟਨ ਦੇ ਕਰਕੇ ਕਲਿੱਕ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਦਾ ਬਟਨ ਦੇ ਕਲਿੱਕ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਥੈਂਕ ਯੂ ਵੈਰੀ ਮਚ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲੋ ਨੋਟ ਹੇਠਾਂ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮਰੇ ਵੀਰ ਨੇ ਕੋਈ ਖੇਤੀ ਵਾਲਾ ਸੰਧ ਹਲ ਤਵਿਆਂ ਡੈਕਟਰ ਟਰਾਲੀ ਜੋ ਕੋਈ ਵੀ ਮਸ਼ੀਨਰੀ ਬਰੇ ਕਾਰਜੀਬ ਗੱਡੀ ਸੇਲ ਕਰਨੀ ਹੈ ਤਾਂ ਉਸਦੇ ਪੰਜ ਸੱਤ ਫੋਟੋਵਾਂ ਨਾਲ ਹੀ ਉਹਦੀ ਲੋੜੀ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਜਨਰਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਸੋ ਇਟ ਰਿਕਵੈਸਟ ਹੈ ਵੀਰੇ ਜੋ ਕੋਈ ਮੇਰਾ ਵੀਰ ਐਡ ਕਰਵਾਉਣ ਲਈ ਆਪਣਾ ਮਸ਼ੀਨਰੀ ਸੈਂਡ ਕਰੂਗਾ ਤਾਂ ਆਪਣੇ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖੋ ਤੇ ਸਹੀ ਜਾਣਕਾਰੀ ਦਿਓ ਵੀਰੇ ਸੁਭਰੇ ਬਹੁਤ ਜਿਆਦੇ ਵੀਰਾਂ ਦੀ ਕੰਪਲੇਨ ਆਉਂਦੀ ਹੈ ਮੈਸੇਜ ਆਉਂਦੇ ਨੇ ਕਮੈਂਟਸ ਆਉਂਦੇ ਨੇ ਵੀ ਵੀਡੀਓ ਦੇ ਵਿੱਚ ਰੇਟ ਜਿਆਦੇ ਰੱਖਿਆ ਗਿਆ ਸੋ ਇਸ ਦੇ ਰਿਗਾਰਡਿੰਗ ਦੱਸਣ ਲੱਗੇ ਵੀਰੇ ਜੋ ਕਿ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਹੈ ਉਹ ਸਿਰਫ ਮਾਲਕ ਵੀਰਾਂ ਵੱਲੋਂ ਰੱਖੀ ਗਈ ਇੱਕ ਡਿਮਾਂਡ ਹੁੰਦੀ ਹੈ ਜੋ ਪ੍ਰਾਈਸ ਮੌਕੇ ਦੇ ਘੱਟ ਹੋਵੇਗਾ ਮੌਕੇ ਦੇ ਡਿਸਕਾਊਂਟ ਕਰਨਗੇ ਵੀਰ ਸੋ ਜੋ ਕਿ ਮੇਰਾ ਵੀਰ ਚੀਜ਼ ਖਰੀਦਣ ਦਾ ਚਾਹਵਾਨ ਹੈ ਮਾਲਕ ਵੀਰਾਂ ਨਾਲ ਫੋਨ ਤੇ ਕਨੈਕਟ ਕਰਕੇ ਰੇਟ ਵਗੈਰਾ ਆਪਣਾ ਸੈੱਟ ਕਰਕੇ ਜੀ ਤੁਸੀਂ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਜੀ ਖਰੀਦਣ ਮਿਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰੋ ਥੈਂਕ ਯ ਸੋ ਵੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਜੱਜ ਜਨਸੇਲੀ ਆਪਣੇ ਕੋਲ 6 ਗੱਡੀਆਂ ਨੇ ਵੀਰੇ ਗੱਡੀਆਂ ਦੇ ਵਿੱਚ ਆਪਣੇ ਕੋਲ ਮਰੂਤੀ ਜੈਨ ਗੱਡੀ ਹੈ ਹੁੰਡਾਈ ਐਸੈਂਟ ਗੱਡੀ ਹੈ ਟਾਟਾ ਇੰਡੀਕੋ ਗੱਡੀ ਹੈ ਵੋਲਸਵੈਗਨ ਪੋਲੋ ਗੱਡੀ ਹੈ ਟੋਇਟਾ ਕੈਮਰੀ ਗੱਡੀ ਹੈ ਮਹਿੰਦਰਾ ਸਕੋਰਪਿਓ S11 ਹੈ ਵੀਰੇ ਇਹ 6 ਗੱਡੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ ਮਰੂਤੀ ਜਨਵਰੀ ਮਰੂਤੀ ਜਨਵਰੀ 2006 ਮਾਡਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਪੈਟਰੋਲ ਵਰਜਨ ਦੇ ਵਿੱਚ ਗੱਡੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਹੈ ਗੱਡੀ ਦੇ ਜੋ ਟਾਇਰ ਨੇ 60 65 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ origignal ਟਾਇਰ ਨੇ ਅਲੌਏ ਵੀ ਲੱਗੇ ਹੋਏ ਨੇ ਵਧੀਆ ਕੁਆਲਿਟੀ ਦੇ ਹੈਵੀ ਅਲੌਏ ਵੀ ਲੱਗੇ ਨੇ ਵੀਰੇ ਬਾਕੀ ਓਵਰਾਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਸਾਫ ਸੁਥਰਾ ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੇਨਟੇਨਡ ਗੱਡੀ ਹੈ ਪ੍ਰਯੋਗਕ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਵਧੀਆ ਸਾਫ਼ ਸੁਥਰੀ ਕੰਡੀਸ਼ਨ ਹੈ ਵੀਰੇ ਕੋਈ ਐਕਸੀਡੈਂਟਡ ਵਗੈਰਾ ਨਹੀਂ ਕੋਈ ਡੈਮੇਜ ਵਗੈਰਾ ਨਹੀਂ ਬਾਡੀ ਲਾਈਨ ਦੀ ਗੱਡੀ ਸਾਫ਼ ਸੁਥਰੀ ਹੈ ओरिजिनल ਰੰਗ ਪੇਂਟ ਹੈ ਬਾਕੀ ਸਾਇਲੈਂਟ ਇੰਜਨ ਹੈ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਵਧੀਆ ਚੱਲਦੀ ਹੈ ਵੀਰੇ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਦਿੱਲੀ ਨੰਬਰ ਹੈ ਵੀਰੇ ਐਨਓਸੀ ਵਗੈਰਾ ਵੀਰ ਕਰਵਾ ਕੇ ਦੇਣਗੇ ਬਾਕੀ ਪੇਪਰ ਕੰਪਲੀਟ ਨੇ 2021 ਤੱਕ ਪਾਸਿੰਗ ਹੈ ਏਰੀਆ ਵੀਰੇ ਹਵੋਰ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 75000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰ ਹੇਠਾਂ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰੇ ਜਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਆਪਾਂ ਤੁਹਾਨੂੰ ਹੁੰਡਾਈ ਏਸੈਂਟ ਗੱਡੀ ਦਿਖਾ ਰਹੇ ਹਾਂ ਹੁੰਡਾਈ ਏਸੈਂਟ ਵੀਰੇ 2006 ਮਾਡਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ 6 ਮਾਡਲ ਹੈ ਵੀਰੇ ਜੀਐਲਐਸ ਵਰਜਨ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਗੱਡੀ ਦੇ ਜੋ ਟਾਇਰ ਨੇ 60 70 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ origignal ਟਾਇਰ ਨੇ ਅਲੌਏ ਵੀ ਲੱਗੇ ਹੋਏ ਨੇ ਵਧੀਆ ਕੁਆਲਿਟੀ ਦੇ ਹੈਵੀ ਅਲੌਏ ਵੀ ਲੱਗੇ ਨੇ ਬਾਕੀ ਓਵਰਾਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ 73000 ਕਿਲੋਮੀਟਰ ਕਿਤੇ ਚੱਲੀ ਵੀ ਹੈ origignal ਚੱਲੀ ਹੈ ਫਾਸਟ ਅਨਰ ਗੱਡੀ ਹੈ ਬੈਲ ਮੇਨਟੇਨਡ ਹੈ ਵੀਰੇ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਸਾਇਲੈਂਟ ਇੰਜਨ ਗੇਅਰ ਹੈ ਇਕਦਮ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਓरिजिनल ਰੰਗ ਪੇਂਟ ਹੈ ਵੀਰੇ ਕੋਈ ਡੈਮੇਜ ਨਹੀਂ ਕੋਈ ਐਂਟਰੀ ਕੋਈ ਐਕਸੀਡੈਂਟ ਨਹੀਂ ਹਲਕੇ ਫੁਲਕੇ ਮਾਈਨਰ ਸਕਰਾਚਸ ਨੇ ਬਾਕੀ ਕੋਈ ਮੇਜਰ ਐਕਸੀਡੈਂਟਡ ਵਗੈਰਾ ਨਹੀਂ ਗੱਡੀ ਬਾਡੀ ਲਾਈਨ ਦੀ ਸਾਫ ਸੁਥਰੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਪੰਜਾਬ ਨੰਬਰ ਹੈ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਅੰਦਰ ਦੇ ਬਾਰੇ ਗੱਲ ਕਰੀਏ ਵਧੀਆ ਟੌਪ ਕਲਾਸ ਦੇ ਸ਼ੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਟ੍ਰਿਪਲ ਕਲੌਕ ਚੱਲਦਾ ਹੈ ਪਾਵਰ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਦਿੱਲੀ ਲੋਕੇਸ਼ਨ ਹੈ ਵੀਰਾਂ ਦੀ ਦਿੱਲੀ ਵੀਰਾਂ ਕੋਲੇ ਗੱਡੀ ਹੈ ਪੰਜਾਬ ਨੰਬਰ ਹੈ ਗੱਡੀ ਪੇਪਰ ਕੰਪਲੀਟ ਨੇ ਦਿੱਲੀ ਦੇ ਵਿੱਚ ਗੱਡੀਆਂ ਵੀ ਰੰਗੋਲ ਗੱਡੀ ਦੀ ਡਿਮਾਂਡ ਰੱਖੀ ਗਈ 1,05,000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀਖੀ ਸਕਦੇ ਹੋ ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਆਪਾਂ ਤੁਹਾਨੂੰ ਟਾਟਾ ਇੰਡੀਗੋ ਗੱਡੀ ਦਿਖਾ ਰਹੇ ਹਾਂ ਟਾਟਾ ਇੰਡੀਗੋ ਸੀਐਸ ਗੱਡੀ ਹੈ ਵੀਰੇ 2012 ਮਾਡਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਗੱਡੀ ਦੇ ਟਾਇਰ ਨੇ 80 85 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ origignal ਟਾਇਰ ਨੇ ਪੂਰੀ ਓਕੇ ਕੰਡੀਸ਼ਨ ਹੈ ਬੰਪਰ ਟੂ ਬੰਪਰ ਸਾਰਾ origignal ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੈਂਟੇਨਡ ਗੱਡੀ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਪੰਜਾਬ ਨੰਬਰ ਹੈ ਵੀਰੇ VIP ਨੰਬਰ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਗੱਡੀ ਦੀ ਜੋ ਇੰਜਨ ਗੇਅਰ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਹੈ ਵੀਰੇ ਸਾਇਲੈਂਟ ਹੈ ਗੱਡੀ ਸੀਲਡ ਇੰਜਨ ਗੇਅਰ ਹੈ ਸਰਵਿਸ ਵਗੈਰਾ ਹੋਈ ਵੀ ਹੈ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਤੁਸੀਂ ਦੇਖ ਲਈ ਸਕਦੇ ਹੋ ਇੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਸਾਰੀ ਪਾਵਰ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਬਾਕੀ ਸਾਫ ਸੁਥਰਾ ਰੰਗ ਪੇਂਟ ਹੈ ਵੀਰੇ ਕੋਈ ਡੈਮੇਜ ਵਗੈਰਾ ਨਹੀਂ ਕੋਈ ਐਕਸੀਡੈਂਟ ਨਹੀਂ ਬਾਡੀ ਲਾਈਨ ਦੀ ਗੱਡੀ ਸਾਫ ਸੁਥਰੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਵੀਆਈਪੀ ਨੰਬਰ ਹੈ ਪੰਜਾਬ ਨੰਬਰ ਹੈ ਪੇਪਰ ਕੰਪਲੀਟ ਨੇ ਏਰੀਆ ਵੀਰੇ ਤਰਨਤਾਰਨ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 1,70,000 ਰ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਅੱਬ ਤੁਹਾਨੂੰ ਵੋਲਸਵੈਗਨ ਪੋਲੋ ਗੱਡੀ ਦਿਖਾ ਰਿਹਾ ਹਾਂ ਵੋਲਸਵੈਗਨ ਪੋਲੋ ਵੀਰੇ 2011 ਮਾਡਲ ਗੱਡੀ ਹੈ TDI ਵੇਰੀਐਂਟ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ ਗੱਡੀ ਦੇ ਉਹ ਟਾਇਰ ਨੇ 60 65 ਪੈਸੇ ਟਾਇਰ ਨੇ ਬੇਦਾਗ ਸਾਫ ਸੁਥਰੇ ਵਧੀਆ オリジナル ਟਾਇਰ ਨੇ ਪ੍ਰਯੋਗਕ ਕੰਡੀਸ਼ਨ ਹੈ ਬੰਪੂਡੂ ਬੰਪਰ ਸਾਰਾ origignal ਰੰਗ ਪੇਂਟ ਹੈ ਵੀਰੇ ਸਾਫ ਸੁਥਰਾ ਰੰਗ ਪੇਂਟ ਹੈ ਗੱਡੀ ਦਾ ਹਲਕੇ ਫੁਲਕੇ ਮਾਈਨਰ ਸਕਰਾਚਸ ਨੇ ਬਾਕੀ ਕੋਈ ਮੇਜਰ ਐਕਸੀਡੈਂਟ ਨਹੀਂ ਕੋਈ ਡੈਮੇਜ ਵਗੈਰਾ ਨਹੀਂ ਬੈਲ ਮੇਨਟੇਨਡ ਗੱਡੀ ਹੈ ਪ੍ਰਯੋਗਕੀ ਕੰਡੀਸ਼ਨ ਦੇ ਵਿੱਚ ਚੱਲਦੀ ਹੈ 81000 ਕਿਲੋਮੀਟਰ ਗੱਡੀ ਚੱਲੀ ਵੀ ਹੈ origignal ਚੱਲੀ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਾਇਲੈਂਟ ਇੰਜਨ ਗੇਅਰ ਹੈ ਵੀਰੇ ਇੱਕਦਮ ਸੀਲਡ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਮੂਥ ਚੱਲਦੀ ਹੈ ਕੋਈ ਐਕਸਟਰਾ ਨੌਇਸ ਵਗੈਰਾ ਨਹੀਂ ਵੀਰੇ ਬਾਕੀ ਸਾਰੇ ਫੀਚਰਸ ਵਰਕਿੰਗ ਨੇ origignal ਗੱਡੀ ਹੈ origignal ਪਾਰਟਸ ਨੇ ਕੋਈ ਪਾਰਟ ਨਹੀਂ ਚੇਂਜ ਹੋਇਆ ਗੱਡੀ ਦਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਇੰਟੀਰੀਅਰ ਬਾਰੇ ਗੱਲ ਕਰੀਏ ਵਧੀਆ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ AC ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਕੋਈ ਕਮੀ ਪੇਸ਼ੀ ਨਹੀਂ ਫੁਲੀ ਲੋਡਡ ਗੱਡੀ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਏਰੀਆ ਵੀਰੇ ਖੋਟੇ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਮੋਗਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 268000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟੋਇਟਾ ਕੈਮਰੀ ਗੱਡੀ ਦਿਖਾ ਰਹੇ ਹਾਂ ਟੋਇਟਾ ਕੈਮਰੀ ਵੀਰੇ 2010 ਮਾਡਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਦੇ ਜੋ ਟਾਇਰ ਨੇ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਬੇਦਾਗ ਸਾਫ ਸੁਥਰੇ ਵਧੀਆ オリジナル ਨਵੇਂ ਟਾਇਰ ਨੇ ਪ੍ਰਯੋਗ ਕੇ ਕੰਡੀਸ਼ਨ ਹੈ ਬੰਪੂ ਟੂ ਬੰਪਰ ਸਾਰਾ 오ਰੀਜਨਲ ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੈਂਟੇਨਡ ਹੈ ਵੀਰੇ ਗੱਡੀ ਹਲਕੇ ਫੁਲਕੇ ਮਾਈਨਰ ਸਕ੍ਰੈਚਸ ਨੇ ਬਾਕੀ ਕੋਈ ਮੇਜਰ ਐਕਸੀਡੈਂਟਡ ਵਗੈਰਾ ਨਹੀਂ ਨੋਨ ਐਕਸੀਡੈਂਟਡ ਗੱਡੀ ਹੈ ਵਧੀਆ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਦਿੱਲੀ ਨੰਬਰ ਗੱਡੀ ਹੈ ਵੀਰੇ ਐਨਓਸੀ ਵਗੈਰਾ ਕੱਟੀ ਵੀ ਹੈ ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ ਅੰਦਰ ਵਰ ਗੱਲ ਕਰੀਏ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟਿੰਗ ਹੋਈ ਵੀ ਹੈ ਮਿਊਜ਼ਿਕ ਸਿਸਟਮ ਏਸੀ ਹੀਟਰ ਬਿਲਕੁਲ ਕਲਕ ਚੱਲਦਾ ਹੈ ਬਾਕੀ ਪੂਰਾ ਟੌਪ ਕਲਾਸ ਦਾ ਇੰਟੀਰੀਅਰ ਹੈ ਵੀਰੇ ਪੂਰੀ ਲਗਜ਼ਰੀ ਗੱਡੀ ਹੈ ਸਾਰੇ ਫੀਚਰਸ ਵਰਕਿੰਗ ਨੇ ਕੋਈ ਕਮੀ ਪੇਸ਼ ਨਹੀਂ ਗੱਡੀ ਦੇ ਵਿੱਚ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ 80000 ਕਿਲੋਮੀਟਰ ਦੇ ਕਰੀਬ ਚੱਲੀ ਵੀ ਹੈ オリジナル ਚੱਲੀ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਇੱਕਦਮ ਸਾਇਲੈਂਟ ਗੱਡੀ ਹੈ ਪਹਿਲ ਮੇਨਟੇਨਡ ਹੈ ਦਿੱਲੀ ਨੰਬਰ ਹੈ ਵੀਰੇ ਐਨਓਸੀ ਵਗੈਰਾ ਵੀਰ ਕਟਵਾ ਕੇ ਦੇਣਗੇ ਬਾਕੀ ਪੇਪਰ ਵਗੈਰਾ ਓਵਰਆਲ ਸਾਰੇ ਕੰਪਲੀਟ ਨੇ ਏਰੀਆ ਵੀਰੇ ਚੜਕ ਪਿੰਡ ਹੈ ਵੀਰਾਂ ਦਾ ਜਿਲ੍ਹਾ ਮੋਗਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਜੀ 3 ਲੱਖ ਤੇ 20000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਹਾਂਜੀ ਵੀਰੇ ਅੱਬਾ ਤੁਹਾਨੂੰ ਮਹਿੰਦਰਾ ਸਕੋਰਪਿਓ ਗੱਡੀ ਦਿਖਾ ਰਹੇ ਹਾਂ ਮਹਿੰਦਰਾ ਸਕੋਰਪਿਓ ਵੀਰੇ 2019 ਮਾਡਲ ਗੱਡੀ ਹੈ ਐਸ 11 ਵਰਜਨ ਹੈ ਬਿਲਕੁਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ ਫਰਸਟ ਓਨਰ ਹੈ ਪਹਿਲੇ ਮਾਲਕ ਕੋਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ 45000 ਕਿਲੋਮੀਟਰ ਗੱਡੀ ਚੱਲੀ ਵੀ ਹੈ オリジナル ਚੱਲੀ ਹੈ ਏਜੰਸੀ ਰਿਕਾਰਡ ਹੈ ਸੀਲਡ ਇੰਜਨ ਗੇਅਰ ਸਰਵਿਸ ਵਗੈਰਾ ਹੋਈ ਵੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਮੂਥ ਚੱਲਦੀ ਹੈ ਵੀਰੇ ਗੱਡੀ ਦੇ ਜੋ ਟਾਇਰ ਨੇ 85% ਟਾਇਰ ਨੇ ਬੇਦਾਗ ਸਾਫ ਦਰੇ ਵਧੀਆ オリジナル ਟਾਇਰ ਨੇ ਵਧੀਆ ਹੈਵੀ ਕੁਆਲਿਟੀ ਦੇ ਲਾਇ ਵੀ ਲੱਗੇ ਨੇ ਵਧੀਆ ਟੌਪ ਕਲਾਸ ਦੇ ਲਾਇ ਵੀ ਲੱਗੇ ਨੇ ਵੀਰੇ ਬਾਕੀ ਬੰਪਰ ਤੋਂ ਬੰਪਰ ਸਾਰਾ origignal ਰੰਗ ਪੇਂਟ ਹੈ ਗੱਡੀ ਦਾ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਕਿਤੇ ਮਾਈਨਰ ਸਕ੍ਰੈਚਸ ਤੱਕ ਨਹੀਂ ਵਧੀਆ ਟੌਪ ਕਲਾਸ ਦੀ ਕੰਡੀਸ਼ਨ ਦੇ ਵਿੱਚ ਗੱਡੀ ਹੈ ਇਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਅੰਦਰੂਨੀ ਬਾਰੇ ਗੱਲ ਕਰੀਏ ਵਧੀਆ ਟੌਪ ਕਲਾਸ ਦੇ ਸੀਟ ਕਵਰ ਵਗੈਰਾ ਲੱਗੇ ਨੇ ਮਿਊਜ਼ਿਕ ਸਿਸਟਮ ਵਗੈਰਾ AC ਹੀਟਰ ਬਿਲਕੁਲ ਓਕੇ ਹੈ ਬਾਕੀ ਕੋਈ ਕਮੀ ਪੇਸ਼ੀ ਨਹੀਂ ਗੱਡੀ ਦੇ ਵਿੱਚ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਵੀਰੇ ਪੰਜਾਬ ਨੰਬਰ ਹੈ ਪੇਪਰ ਕੰਪਲੀਟ ਨੇ ਬਾਕੀ ਕੈਸ਼ ਤੇ ਆਈ ਹੋਈ ਗੱਡੀ ਹੈ ਕੋਈ ਲੋਨ ਵਗੈਰਾ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਮੋਰਿੰਡਾ ਏਰੀਆ ਵੀਰਾਂ ਦਾ ਉੱਥੇ ਵੀਰਾਂ ਕੋਲੇ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 15 ਲੱਖ ਤੇ 70000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਸੋ ਨਾਲ ਹੀ ਵੀਰੇ ਗੱਡੀ ਖਰੀਦਣ ਵੇਲੇ ਪੇਪਰ ਵਗੈਰਾ ਜ਼ਰੂਰ ਵੈਰੀਫਾਈ ਕਰੋ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਹਾਈ ਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰਾਂ ਨੂੰ ਰਿਕਵੈਸਟ ਆ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੁਮੀਤ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪਾਂ ਆਪ ਦੀ ਕੀਮਤੀ ਸਿਹਜਾ ਸਾਨੂੰ ਜ਼ਰੂਰ ਦਿਓ ਜੇ ਕੋਈ ਸਾਡੇ ਵੱਲੋਂ ਕਮੀ ਪੇਸ਼ੀ ਰਹਿੰਦੀ ਹੈ ਤਾਂ ਸਾਨੂੰ ਪਤਾ ਚੱਲ ਸਕੇ ਤੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰਕੇ ਤੁਹਾਡੇ ਲਈ ਚੰਗੇ ਤੋਂ ਚੰਗੇ ਅਗਲੀ ਵੀਡੀਓ ਬਣਾ ਕੇ ਲੈ ਕੇ ਆ ਸਕੀ ਸੁਮੀਤ ਕਰਦੇ ਵੀ ਸੋ ਇੱਕ ਰਿਕਵੈਸਟ ਨੂੰ ਆਪਣੇ ਉਹ ਵੀਰਨ ਨੂੰ ਹੈ ਜੋ ਆਪਣੇ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ ਸੋ ਬਲੀਜ਼ ਵੀਰੇ ਰਿਕਵੈਸਟ ਹੈ ਜੋ ਕਿ ਮੇਰਾ ਵੀਰ ਐਡ ਕਰਵਾਉਣ ਲਈ ਆਪਣੇ ਨੂੰ ਮਸ਼ੀਨਰੀ ਸੈਂਡ ਕਰਦਾ ਤਾਂ ਆਪਣੀ ਚੀਜ਼ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੱਖਿਆ ਕਰੋ ਤੇ ਸਹੀ ਜਾਣਕਾਰੀ ਦਿਆ ਕਰੋ ਕਿਉਂਕਿ ਵੀਰੇ ਕਈ ਮੇਰੇ ਵੀਰ ਝੂਠੀ ਜਾਣਕਾਰੀ ਦਿੰਦੇ ਨੇ ਟੱਚ ਵਾਲੇ ਗੱਡਿਆਂ ਨੂੰ ਐਕਸੀਡੈਂਟਡ ਗੱਡਿਆਂ ਨੂੰ ਜਾਂ ਰੀਪੇਂਟ ਗੱਡਿਆਂ ਨੂੰ origignal ਦੱਸ ਕੇ ਐਡ ਕਰਵਾ ਲੈਂਦੇ ਨੇ ਜਦੋਂ ਕੋਈ ਵੀਰ ਖਰੀਦ ਲਈ ਉਹਨਾਂ ਕੋਲ ਵਿਜ਼ਿਟ ਕਰਦਾ ਜਾਂਦਾ ਵੀਰੇ ਉਦੋਂ ਬਿਲਕੁਲ ਉਲਟ ਜਾਣਕਾਰੀ ਮਿਲਦੀ ਹੈ ਸੋ ਇਹਨਾਂ ਜਿਹਾ ਕਰਕੇ ਆਪਣੇ ਵੀਰਾਂ ਦਾ ਟਾਈਮ ਤੇ ਪੈਸਾ ਦੋਨੋਂ ਵੇਸਟ ਹੁੰਦੇ ਨੇ ਤੇ ਆਪਣੇ ਚੈਨਲ ਤੇ ਵੀ ਉਸ ਚੀਜ਼ ਦਾ ਬੁਰਾ ਪ੍ਰਭਾਵ ਪੈਂਦਾ ਹੈ। ਸੋ ਚੀਜ਼ ਬਾਰੇ ਜਾਣਕਾਰੀ ਉਹੀ ਦਿਓ ਜਿਹੜੀ オリジナル ਜਾਣਕਾਰੀ ਹੈ। ਨੰਬਰ 2 ਵੀਰੇ ਰੇਟ ਵਗੈਰਾ ਆਪਣਾ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਤੁਹਾਡੇ ਚੀਜ਼ ਦਾ ਬੰਦ ਹੈ। ਜਿਆਦਾ ਰੇਟ ਰੱਖਣ ਕਾਰਨ ਆਪਣੇ ਚੈਨਲ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਤੇ ਨਾ ਹੀ ਚੀਜ਼ਾਂ ਸੇਲ ਹੋ ਪਉਂਦੀਆਂ ਨੇ। ਲੋਕੇਸ਼ਨ ਵਗੈਰਾ ਆਪਣੀ ਟ੍ਰੇਸੇਬਲ ਦੱਸੋ, ਫੋਨ ਨੰਬਰ ਵਗੈਰਾ ਆਪਣਾ ਉਹ ਦਿਓ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ। ਤੇ ਨਾਲ ਹੀ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਲਾਈਕ ਕਰਦੇ ਕਰੋ ਤਾਂ ਜੋ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਵੇ ਤੇ ਆਪਣੇ ਹਰੇਕ ਵੀਰ ਨੂੰ ਬਿਨਾਂ ਕਿਸੇ ਕਮਿਸ਼ਨ ਤੋਂ ਮਸ਼ੀਨਰੀ ਖਰੀਦਣ ਦੇ ਵਿੱਚ ਮਦਦ ਮਿਲ ਸਕੇ ਤਾਂ ਵੀਰੇ ਆਪਣੇ ਹਰੇਕ ਵੀਰ ਦੀ ਕੁਝ ਵੱਜਤ ਹੋ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਵੀਰੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪਾਂ ਆਪ ਦੀ ਕੀਮਤੀ ਸੁਝਾਅ ਦੇਣਾ ਨਾ ਭੁੱਲਣਾ ਸੋ ਥੈਂਕ ਯੂ ਵੀਰੇ ਜਿਹੜੇ ਰੋ ਇਸ ਤਰ੍ਹਾਂ ਆਪਣੇ ਚੈਨਲ ਜਤੰਦ ਜਹਾਜ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਹੀ ਵੱਧ ਤੋਂ ਵੱਧ ਸ਼ੇਅਰ ਕਰਿਓ Comment box there which applies this.